ਜਿਹੜੀ ਕਾਲ ਆਈ ਆ ਜੀ, ਕਾਲ ਆਉਣ ਦੇ ਬਾਅਦ ਨਾਲ ਦੀ ਨਾਲ ਅਸੀਂ ਆਪਣੀ ਟੀਮ ਨਾਲ ਇੱਥੇ ਪਹੁੰਚੇ ਹਾਂ। ਇੱਥੇ ਟਰਾਂਸਫਾਰਮਰ ਨੂੰ ਅੱਗ ਸੀ ਪੁਰਾਣੇ ਰਾਜਪੁਰੇ, ਅਤੇ ਨਾਲ ਦੀ ਨਾਲ ਅਸੀਂ ਅੱਗ 'ਤੇ ਕੰਟਰੋਲ ਪਾਇਆ। 20 ਤੋਂ 25 ਮਿੰਟ ਲੱਗੇ ਅੱਗ 'ਤੇ ਕੰਟਰੋਲ ਕਰਨ ਨੂੰ। ਇਸ ਦੌਰਾਨ ਟਰਾਂਸਫਾਰਮਰ ਦੀ ਅੱਗ ਦੇ ਨਾਲ ਨੀਚੇ ਖੜੀਆਂ 3 ਗੱਡੀਆਂ ਸੜ ਗਈਆਂ ਬਿਲਕੁਲ, ਅਤੇ ਬਾਕੀ ਸਾਰਾ ਆਸ ਪਾਸ ਦਾ ਬਚਾਅ ਹੋ ਗਿਆ। ਸਰ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਇੰਜੀਨੀਅਰ ਨੇ ਕਾਰਾਂ ਖੜਾਈਆਂ ਜੀ ਆਲੇ ਦੁਆਲੇ? ਦੇਖੋ ਜੀ, ਦੇਖ ਕੇ ਖੜਾਉਣੀਆਂ ਚਾਹੀਦੀਆਂ ਜੀ, ਕਿਉਂਕਿ ਗਰਮੀ ਦਾ ਟਾਈਮ ਹੈਗਾ, ਥੋੜ੍ਹਾ ਸਾਈਡ 'ਤੇ ਲਾਉਣੀ ਚਾਹੀਦੀ ਹੈ ਗੱਡੀ।